ਹੁਣ ਇਹ ਮੁੱਦਾ ਕੀ ਹੋਣਾ? ਮੁੱਦਾ ਯਾਰ ਇਹੀ ਆ ਕਿ ਪੰਜਾਬ 'ਚ ਮੀਂਹ ਨਹੀਂ ਪੈ ਰਹੇ, ਬਾਰਿਸ਼ ਹੋ ਨਹੀਂ ਰਹੀ ਕਿੰਨੇ ਦਿਨ ਹੋ ਗਏ, ਰੋਜ਼ ਕਹਿ ਦਿੰਦਾ ਵੈਦਰ ਰਿਪੋਰਟ ਵੀ ਮੀਂਹ ਪੈਂਦਾ ਕਿੱਦਾਂ ਭਾਜੀ, ਮੈਨੂੰ ਇਹ ਦੱਸੋ। ਤੈਨੂੰ ਇੰਨਾ ਨਹੀਂ ਪਤਾ ਕਿ ਮੀਂਹ ਕਿੰਨੇ ਵਜੇ ਪੈਂਦਾ? ਕਿੰਨੇ ਵਜੇ ਨਹੀਂ, ਕਿੱਦਾਂ ਪੈਂਦਾ ਮੀਂਹ ਨਹੀਂ ਪਤਾ ਤੈਨੂੰ? ਨਹੀਂ ਪਤਾ, ਦੱਸੋ ਤੁਸੀਂ। ਤੈਨੂੰ ਕਿਸੇ ਨੇ ਨਹੀਂ ਦੱਸਿਆ ਮੀਂਹ ਕਿਵੇਂ ਪੈਂਦਾ? ਛੋਟੇ ਹੁੰਦੇ ਪੜ੍ਹੇ, ਹੁਣ ਯਾਦ ਭੁੱਲ ਗਿਆ, ਦੱਸੋ। ਇਹ ਜਿਹੜਾ ਤੈਨੂੰ ਬੜੇ ਪੁਰਾਣਾ ਟਾਈਮ ਹੁੰਦਾ ਸੀਗਾ, ਉਦੋਂ ਮੀਂਹ ਨਹੀਂ ਪੈਂਦਾ ਹੁੰਦਾ। ਅੱਛਾ, ਉਦੋਂ ਕੀ ਕਰਦੇ ਹੁੰਦੇ ਸੀਗੇ ਲੋਕੀ? ਭਗਤੀ ਦੇ ਭਗਤੀ ਰਹਿੰਦੇ, ਪ੍ਰਭੂ ਅਰਦਾਸ ਕਰਦੇ, ਮੀਂਹ ਪੈ ਜਾਂਦਾ ਸੀ। ਫਿਰ ਉਹ ਕਹਿੰਦੇ ਸ਼ਾਇਦ ਇੱਦਾਂ ਪੈਂਦਾ, ਬਟ ਇੱਦਾਂ ਨਹੀਂ ਪੈਂਦਾ ਗਾ। ਕਿੱਦਾਂ ਪੈਂਦਾ ਮੀਂਹ? ਇੱਦਾਂ ਪੈਂਦਾ ਵਾ ਜਦੋਂ ਆਪਾਂ ਸਾਰੇ ਸੋ ਜਾਂਦੇ ਨਾ ਰਾਤ ਨੂੰ, ਉਦੋਂ ਕੀ ਹੁੰਦਾ ਵਾ ਬੱਦਲ, ਕਿਉਂਕਿ ਰਾਤ ਦਾ ਹਨੇਰਾ ਹੁੰਦਾ ਵਾ, ਹਨੇਰੇ ਚ ਕਿਸੇ ਨੂੰ ਕੁਛ ਦਿਖਦਾ ਨੀ ਗਾ, ਤੇ ਬੱਦਲ ਬੜੇ ਚਲਾਕ ਹੁੰਦੇ। ਅੱਛਾ, ਇਹ ਹਨੇਰੇ ਚ ਇਕੱਠੇ ਹੋ ਜਾਂਦੇ ਇੱਕ ਥਾਂ ਤੇ, ਜਿਵੇਂ ਇਹਨਾਂ ਨੇ, ਜਿਵੇਂ ਮੰਨ ਲਓ ਹੁਣ ਇਸ ਟਾਈਮ ਫਿਰੋਜ਼ਪੁਰ ਆ ਤੇ ਅਗਲੇ ਦਿਨ ਜਲੰਧਰ ਪਹੁੰਚਣਾ ਇਹਨਾਂ ਨੇ, ਇਹ ਦਿਨੇ ਨੀ ਏਦਾਂ ਪਹੁੰਚਣਗੇ, ਇਹ ਰਾਤ ਨੂੰ ਇਕੱਠੇ ਹੋਣਗੇ ਸਾਰੇ। ਪਹਿਲਾਂ ਪਾਰਟੀ ਸ਼ਾਰਟੀ ਕਰਨਗੇ? ਨਹੀਂ ਯਾਰ, ਪਾਰਟੀ ਕਦੋਂ ਕਰਨਗੇ ਯਾਰ, ਪਾਰਟੀ ਬਾਅਦ ਚ, ਉਹ ਪੈਣ ਤੋਂ ਬਾਅਦ ਚ, ਮੀਂਹ ਪੈਣ ਤੋਂ ਬਾਅਦ। ਕਿਉਂਕਿ ਲੋਕੀ ਵੀ ਜਦੋਂ ਵੀ ਮੀਂਹ ਪੈਣ ਤੋਂ ਬਾਅਦ ਹੀ ਤਾਂ ਪਾਰਟੀ ਕਰਦੇ, ਪਹਿਲਾਂ ਥੋੜਾ ਕਰਦੇ। ਨਹੀਂ ਬੱਦਲ ਪਹਿਲਾਂ ਕਰਦੇ ਨਾ ਇਕੱਠੇ ਹੋ ਕੇ, ਪਹਿਲਾਂ ਪਲੈਨਿੰਗਾਂ ਹੁੰਦੀਆਂ ਕਿ ਅੱਜ ਮੀਂਹ ਡੰਡਾ ਗਿਆ ਪਕੌੜੇ ਬਣਾ ਲਓ, ਜਦੋਂ ਮੀਂਹ ਪੈਂਦਾ ਫਿਰ ਨਾਲ ਨਾਲ ਪਕੌੜੇ ਜਾਂ ਲੋਕੀ ਪੈਗ ਪੁਗ ਲਾਉਣ ਲੱਗ ਪੈਂਦੇ। ਤੇ ਬੱਦਲ ਵੀ ਲਾਉਂਦੇ ਹੋਣੇ ਆ ਤਾਂ ਹੀ ਉਹਨਾਂ ਨੂੰ। ਨਹੀਂ, ਇਹ ਕਿ ਜਦੋਂ ਹਨੇਰੇ ਚ ਫਿਰ ਇੱਕ ਥਾਂ ਦੂਜੀ ਥਾਂ ਪਹੁੰਚ ਜਾਂਦੇ, ਉੱਥੇ ਹੋ ਜਾਂਦੇ ਇਕੱਠੇ। ਹੁਣ ਇਕੱਠੇ ਤਾਂ ਹੋ ਗਏ ਪਰ ਮੀਂਹ ਕਿਵੇਂ ਪੈਣਾ? ਮੀਂਹ ਪਤਾ ਕਿਵੇਂ ਪੈਂਦਾ ਵਾ? ਇੱਕ ਤੁਸੀਂ ਦੋ ਨਾ? ਨਹੀਂ ਨਹੀਂ, ਮੈਂ ਆਪ ਇੱਦਾਂ ਵੇਖਿਆ ਸੀਗਾ ਵੀ ਥੱਲੇ ਉੱਤੇ ਨਾ ਬੱਦਲ ਇਕੱਠੇ ਹੋਏ ਪਏ ਸੀ, ਵਾਹ ਥੱਲੇ ਸੀਗਾ, ਥੱਲੇ ਸੱਤ ਅੱਠ ਜਵਾਕ ਇਕੱਠੇ ਹੋਏ ਪਏ, ਉਹ ਕ੍ਰਿਕਟ ਖੇਡਦੇ ਪਏ। ਅੱਛਾ, ਤੇ ਬੱਦਲ ਉੱਤੇ ਇਕੱਠੇ ਹੋ ਗਏ ਕਾਲੇ ਪੂਰੇ, ਉਹਨਾਂ ਨੇ ਨਾ ਇੱਕ ਬੰਦੇ ਨੇ ਸ਼ਾਟ ਮਾਰਿਆ, ਬੋਲ ਉੱਤੇ ਚਲ ਗਈ ਬੱਦਲਾਂ 'ਚ, ਉਹ ਬੱਦਲਾਂ 'ਚ ਮੋਹਰਾ ਹੋ ਗਿਆ, ਸਾਰਾ ਪਾਣੀ ਥੱਲੇ ਡਿੱਗ ਪਿਆ। ਅੱਛਾ, ਸਾਰਾ ਪਾਣੀ ਜਦੋਂ ਥੱਲੇ ਡਿੱਗਿਆ ਫਿਰ ਉੱਥੋਂ ਅੰਦਾਜ਼ਾ ਲਾਇਆ ਮੈਂ ਬਈ, ਮੈਂ ਕਿਹਾ ਇੱਦਾਂ ਤੇ ਉਹ ਐਕਚੁਅਲ 'ਚ ਇੱਦਾਂ ਹੀ ਹੁੰਦਾ, ਹਰ ਵਾਰੀ ਜਦੋਂ ਬੱਦਲ ਇਕੱਠੇ ਹੁੰਦੇ ਨਾ ਕੋਈ ਬੰਦਾ ਉੱਤੇ ਵੱਟਾਂ ਮਾਰ ਦਿੰਦਾ ਜਾਂ ਕੋਈ ਕੋਈ ਨਾ ਕੋਈ ਜਿਵੇਂ ਉੱਤੇ ਪੰਛੀ ਜਾ ਰਿਹਾ ਉੱਡਦਾ ਹੋਇਆ ਤੇ ਬੱਦਲਾਂ 'ਚ ਨਿਕਲਦਾ ਵਾ ਤੇ ਬੱਦਲਾਂ 'ਚ ਮੋਰੀ ਹੋ ਜਾਂਦੀ ਆ ਤੇ ਪਾਣੀ ਸਾਰਾ ਥੱਲੇ ਆ ਜਾਂਦਾ ਵਾ। ਠੀਕ ਹੈ, ਬੱਦਲ ਫਟਦਾ ਕਿਵੇਂ ਫਿਰ? ਬੱਦਲ ਫਟਦਾ ਇੱਦਾਂ ਜਦੋਂ ਇੱਕ ਪੰਛੀ ਲੰਘਿਆ ਇੱਕ ਮੋਰੀ ਹੋਣੀ, ਪਰ ਹੁਣ ਜਿਵੇਂ ਪੰਜਾਹ ਪੰਛੀਆਂ ਦਾ ਝੁੰਡ ਝੁੰਡ ਇਕੱਠਾ ਐ ਵੱਜਾ, ਉਦੋਂ ਉਹ ਕਹਿੰਦੇ ਬੱਦਲ ਫਟ ਗਿਆ ਜਾ ਕੇ ਇਹਨੇ ਬਿਜਲੀ ਬੰਬ ਸੁੱਟਦਾ। ਤੈਨੂੰ ਕੀ ਲੱਗਿਆ ਵੀ ਮੀਂਹ ਕਿਵੇਂ ਪੈਂਦਾ? ਨਹੀਂ, ਜੇ ਬੱਦਲ ਫੜਨ ਦਾ ਵੀ ਕਾਲਾ, ਜੇ ਅੱਗ ਲਾ ਕੇ ਬਿਜਲੀ ਬੰਬ ਸੁੱਟਦਾ ਬੱਦਲਾਂ 'ਚ, ਕਿੱਦਾਂ ਅੱਗ ਲਾ ਕੇ ਬਿਜਲੀ ਬੰਬ ਸੁੱਟਦਾ ਬੱਦਲ 'ਚ, ਉਹ ਵੀ ਫਟ ਸਕਦਾ? ਹੋ ਸਕਦਾ ਵਾ ਬਿਜਲੀ ਬੰਬ, ਪਰ ਬੰਬ ਪਰ ਬੰਬ ਦਾ ਟਾਈਮਰ ਇੰਨਾ ਛੋਟਾ ਹੀ ਹੁੰਦਾ, ਜਦੋਂ ਆਪਾਂ ਨੂੰ ਸਿੱਟਦੇ ਹਾਂ ਇੰਨੀ ਕੁ ਦੂਰ ਜਾ ਕੇ ਫਟ ਜਾਂਦਾ। ਫੀਤਾ ਨਹੀਂ ਛਿੱਲ ਲੈਂਦੇ ਹੁੰਦੇ ਅੱਗੋਂ? ਫੀਤਾ ਛਿੱਲ ਕੇ ਫਿਰ ਰੇਲ 'ਚ ਪਾ ਕੇ ਫੀਤਾ ਛਿੱਲ ਕੇ, ਉਹ ਫਿਰ ਤੈਨੂੰ ਘੱਟੋ ਘੱਟ 24-25 ਮੰਜ਼ਿਲਾਂ ਦੀ ਜਿਹੜੀ ਇਮਾਰਤ ਹੈ ਨਾ ਉਹ ਕੋਠੇ ਚੜ੍ਹ ਕੇ ਉੱਥੋਂ ਉੱਤੇ ਸਿੱਟਣਾ ਪਊਗਾ, ਇੱਥੋਂ ਸਿੱਟੇਗਾ ਤਾਂ ਪਹਿਲੀ ਮੰਜ਼ਿਲ ਤੱਕ ਫੀਤਾ ਮੁੱਕ, ਉੱਥੋਂ ਸਿੱਟਣਾ ਪੈਣਾ ਫਿਰ। ਤੈਨੂੰ ਕੀ ਲੱਗਦਾ ਮੀਂਹ ਕਿਵੇਂ ਪੈਂਦਾ? ਲੱਗਦਾ ਮੀਂਹ ਜਦੋਂ ਇਹ ਬੱਦਲ ਇਕੱਠੇ ਹੋ ਜਾਂਦੇ ਆ ਸਾਰੇ, ਤੇ ਇਹ ਕਰਦੇ ਹੋਣੇ ਪਾਰਟੀ ਸ਼ਾਰਟੀ ਹੈ ਨਾ ਸਾਰੇ ਰਲ ਕੇ। ਅੱਛਾ, ਤੈਨੂੰ ਐਂ ਲੱਗਦਾ ਸੀ ਪਾਰਟੀ ਕਰਦੇ ਰਲ ਕੇ, ਤੇ ਫਿਰ ਜਦੋਂ ਇੱਕ ਦੂਜੇ ਦੇ ਦੁੱਖ ਸੁੱਖ ਅੱਛਾ ਰੋਣ ਲੱਗ ਪੈਂਦੇ, ਰੋਣ ਲੱਗ ਪੈਂਦੇ ਜਦੋਂ, ਤੇ ਰੋਣ ਜਦੋਂ ਰੋਂਦੇ ਆ ਤੇ ਫਿਰ ਉਦੋਂ। ਨਹੀਂ ਨਹੀਂ, ਰੋਂਦੇ ਰੋਂਦੇ ਨੀ ਆ ਇਹ, ਰੁੰਦੇ ਰੁੰਦੇ ਨੀ, ਇਹ ਕਿ ਸਭ ਗਲਤ ਗੱਲਾਂ ਇਹ ਕਹਾਣੀਆਂ ਬਣੀਆਂ ਹੋਈਆਂ। ਅਸਲ 'ਚ ਜਦੋਂ ਤੁਸੀਂ ਵਿੱਚ ਬੋਲ ਮਾਰੋਗੇ ਵੱਟਾ ਮਾਰੋਗੇ ਇੰਨੀ ਉੱਚੀ, ਮੇਰੇ ਹਿਸਾਬ ਨਾਲ ਉੱਤੇ ਵੇਖਿਆ ਨੀ ਜਦੋਂ ਐਂ ਤੀਰ ਚਲਾਉਂਦੇ ਸੀ ਉੱਪਰ ਆਇਆ ਤੇ ਮੀਂਹ ਪੈਣ ਲੱਗ ਪੈਂਦਾ ਸੀ, ਉਹੀ ਹਿਸਾਬ ਹੈ। ਮਤਲਬ ਤੂੰ ਇੱਕ ਹੋਰ ਵੀ ਕਰ ਸਕਦਾ, ਜੇ ਤੇ ਕੋਈ ਮਤਲਬ ਕੋਈ ਤੇ ਕੋਈ ਪਿਸਤੌਲ ਹੈਗੀ ਤੂੰ ਗੋਲੀ ਹਵਾ ਚਲਾ ਦੇ ਉੱਥੇ ਮੀਂਹ ਪੈਣ ਲੱਗ ਪੈਣਾ, ਤੈਨੂੰ ਘੱਟੋ ਘੱਟ 100 ਗੋਲੀ ਚਲਾਉਣੀ ਪਊਗੀ ਜੇ ਤੂੰ ਇੱਕ। ਵਾਹਵਾ ਵਾਹਵਾ ਹਰਾ ਮੀਂਹ ਚਾਹੀਦਾ ਤੈਨੂੰ, ਇੱਕ ਨਾਲ ਦਿਓ ਫਿਰ ਟੁੱਟੀ ਵਾਂਗੂ ਐ ਬਸ, ਬੂੰਦਾ ਹੀ ਬੂੰਦਾ ਬਾਂਦੀ, ਜਦੋਂ ਬੂੰਦਾ ਬਾਂਦੀ ਹੁੰਦੀ ਆ
ਬੂੰਦਾਬਾਂਦੀ ਦਾ ਮਤਲਬ ਹੀ ਇਹੀ ਹੁੰਦਾ ਵੀ ਕਿਸੇ ਨੇ ਕੋਈ ਕੋਈ ਇੱਕ ਅੱਧਾ ਵੱਟਾ ਜਾਂ ਇੱਕ ਅੱਧਾ ਪੰਛੀ ਲੰਘਿਆ ਜੇ ਮਤਲਬ ਕਾਫੀ ਨੁਕਸਾਨ ਨਹੀਂ ਹੋਇਆ ਪੱਧਰ ਨੂੰ।